ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਭਜਨ ਲਾਲ, ਬਲਾਕ ਪ੍ਰਧਾਨ, ਆਮ ਆਦਮੀ ਪਾਰਟੀ ਸ਼ਹਿਰੀ ਫਾਜ਼ਿਲਕਾ। ਕੀ ਕਹਿਣਾ ਚਾਹੋਗੇ ਸਰ, ਦੀਵਾਲੀ ਆ ਗਈ, ਦੀਵਾਲੀ ਦੇ ਮੌਕੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੀ ਮੈਸੇਜ ਦੇਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ? ਦੀਵਾਲੀ ਦਾ ਤਿਉਹਾਰ ਸਾਰੀਆਂ ਜਾਤ ਬਰਾਦਰੀਆਂ ਸਾਰਿਆਂ ਲੋਕਾਂ ਵਾਸਤੇ ਇਹ ਦਿਨ ਜਿਹੜਾ ਬੜਾ ਖੂਬਸੂਰਤ ਦਿਨ ਹੈ। ਇਹ ਦਿਨ ਜਿੰਨੀ ਹਿੰਦੂਆਂ ਵਾਸਤੇ ਮਹੱਤਤਾ ਰੱਖਦਾ ਹੈ, ਉਨੀਆਂ ਸਿੱਖ ਧਰਮ ਵਾਸਤੇ ਉਨੀਆਂ ਮਹੱਤਤਾ ਰੱਖਦਾ ਹੈ। ਇਹਨੂੰ ਹਰ ਧਰਮ ਦੇ ਲੋਕ ਇਹਨੂੰ ਬੜੀ ਉਤਸ਼ਾਹ ਦੇ ਨਾਲ ਮਨਾਉਂਦੇ ਹੈ। ਇਹ ਖੁਸ਼ੀਆਂ ਭਰਿਆ ਦਿਨ ਹੁੰਦਾ ਹੈ ਔਰ ਇਹ ਬੁਰਾਈ ਦੇ ਉੱਤੇ ਸੱਚਾਈ ਦੀ ਜਿੱਤ ਪ੍ਰਾਪਤ ਕਰਕੇ ਸ਼੍ਰੀ ਰਾਮ ਚੰਦਰ ਜੀ ਜਦੋਂ ਅਯੋਧਿਆ ਵਾਪਸ ਆਉਂਦੇ ਹੈ ਤਾਂ ਲੋਕਾਂ ਨੇ ਉਹਨਾਂ ਬੜੀ ਦੀਪ ਮਾਲਾ ਕਰਕੇ ਖੁਸ਼ੀ ਮਨਾਈ ਸੀ। ਉਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 56 ਰਾਜਿਆਂ ਨੂੰ ਛਡਾ ਕੇ ਖੁਸ਼ੀਆਂ ਮਨਾਈਆਂ ਸੀ ਲੋਕਾਂ ਨੇ। ਇਸ ਕਰਕੇ ਮੈਂ ਫਾਜ਼ਿਲਕਾ ਵਾਸੀਆਂ ਨੂੰ ਇਸ ਤਿਉਹਾਰ ਦੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹੋਣ ਦੇ ਨਾਤੇ ਸਾਰਿਆਂ ਨੂੰ ਮਿਲ ਵਰਤ ਕੇ ਚੱਲਣ ਦੀ ਬੇਨਤੀ ਕਰਦਾ। ਆਪਾਂ ਇਹ ਦੀਵਾਲੀ ਬਹੁਤੇ ਜਿਹੜੇ ਖਤਰਨਾਕ ਪਟਾਕੇ, ਕਿਉਂਕਿ ਪੰਜਾਬ ਵਿੱਚ ਪੋਲਿਊਸ਼ਨ ਨਾ ਹੋਵੇ ਇਸ ਕਰਕੇ ਉਹ ਪਟਾਕੇ ਨਾ ਚਲਾ ਕੇ ਜਿਹੜੇ ਸਰਕਾਰ ਦੁਆਰਾ ਰਿਕਮੈਂਡਡ ਪਟਾਕੇ ਹੈ ਉਹ ਚਲਾ ਕੇ ਆਪਾਂ ਖੁਸ਼ੀਆਂ ਮਨਾਈਏ ਤਾਂ ਕਿ ਆਪਾਂ ਆਪਣੇ ਪੰਜਾਬ ਦੇ ਵਾਤਾਵਰਨ ਨੂੰ ਵਧੀਆ ਰੱਖ ਸਕੀਏ ਅਤੇ ਇਸ ਵਾਤਾਵਰਨ ਨੂੰ ਜਿੱਦਾਂ ਹੀ ਆਪਾਂ ਵਧੀਆ ਰੱਖਾਂਗੇ ਓਨਾ ਆਪਾਂ ਨਿਰੋਗ ਰਹਾਂਗੇ, ਓਨੀ ਆਪਣੀ ਜਿਹੜੀ ਸਿਹਤ ਹੈ ਉਹ ਓਨੀ ਜ਼ਿਆਦਾ ਵਧੀਆ ਰਹੇਗੀ। ਇਸ ਕਰਕੇ ਇਹ ਬਿੱਲ ਵਰਤਣ ਦੀ ਦੀਵਾਲੀ ਹੈ ਅਤੇ ਆਸ ਵੀ ਕਰਦੇ ਹਾਂ ਲੋਕਾਂ ਤੋਂ ਕਿ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਆਪੋ ਆਪਣੇ ਆਪਾਂ ਉਪਰਾਲੇ ਕਰੀਏ ਤਾਂ ਕਿ ਪੰਜਾਬ ਫਿਰ ਦੁਬਾਰਾ ਜਿਹੜਾ ਖੁਸ਼ੀਆਂ ਵਾਲਾ ਪੰਜਾਬ ਸੀ, ਮਿਲਵਰਤਨ ਵਾਲਾ ਪੰਜਾਬ ਸੀ, ਨਸ਼ਿਆਂ ਤੋਂ ਰਹਿਤ ਪੰਜਾਬ ਸੀ, ਉਹ ਜਿਹੜਾ ਆਪਾਂ ਫਿਰ ਦੁਬਾਰਾ ਰੰਗਲਾ ਪੰਜਾਬ ਬਣੇ ਅਤੇ ਲੋਕਾਂ ਦੇ ਸਹਿਯੋਗ ਦੇ ਬਿਨਾਂ ਬਹੁਤ ਮੁਸ਼ਕਲ ਹੈ। ਇਸ ਕਰਕੇ ਮੈਂ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਜਿਹੜਾ ਤਿਉਹਾਰ ਮਨਾਉਣਾ ਹੈ ਇਹ ਤਿਉਹਾਰ ਇਹਨਾਂ ਸਾਰੇ ਗੁਰੂਆਂ ਪੀਰਾਂ ਜਿਨ੍ਹਾਂ ਨੇ ਬੜੀਆਂ ਮਿਹਨਤਾਂ ਕਰਕੇ ਬੜੇ ਜਜ਼ਬੇ ਦੇ ਨਾਲ, ਕਿਉਂਕਿ ਇਹ ਜਿੱਥੇ ਵੀ ਜਾਈਏ ਪੰਜਾਬ ਵਰਗਾ ਕੋਈ ਰੰਗਲਾ ਏਰੀਆ ਨਹੀਂ ਮਿਲ ਸਕਦਾ। ਇਸ ਕਰਕੇ ਆਪਾਂ ਇਸ ਰੰਗਲੇ ਏਰੀਏ ਨੂੰ ਹੋਰ ਰੰਗਲਾ ਬਣਾਈਏ। ਬਹੁਤ ਬਹੁਤ ਧੰਨਵਾਦ ਸਾਰੇ ਫਾਜ਼ਿਲਕਾ ਦੇ ਵਾਸੀਆਂ ਨੂੰ। ਮੇਰੇ ਵੱਲੋਂ ਦੀਵਾਲੀ ਦੀਆਂ ਬੜੀਆਂ ਬੜੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਕਿ ਆਪਾਂ ਆਪਣੇ ਪਰਿਵਾਰਾਂ ਸਹਿਤ ਤੰਦਰੁਸਤ ਰਹੀਏ। ਬਹੁਤ ਬਹੁਤ ਮਿਹਰਬਾਨੀ।